सत श्रीकाल जी, मैं हैप्पी सिंगला, तुसी जुड़ चुके हो पहरेदार भारत न्यूज़ नाल। इस समय अगर हरियाणा के माहौल की गल करिए पूरी गर्मा गर्मी है। पंचायती सरपंची ब्लाक समिति जिला परिषद दीआं चोणां नूं लैके पिंडां दे जो माहौल ने अपने नवे प्रतिनिधि नूं चुनण दे लई बहुत ही उत्साहित ने। पिंडां दे विच जो माहौल है एक मेले वांगों एक विआह वांगरों जो माहौल है वह वेखण नूं मिल रहा है। ब्लाक समिति दीआं चोणां दे लई जो उम्मीदवार ने श्रीमती रमनदीप कौर जी, उन्हां दे जो प्रतिनिधि ने शाहजिंदर रोड़ी, ओ पिंडां दे विच सर्वे कर रहे ने, वोटां दी अपील कर रहे ने अते लोकां दीआं समस्यां भी जान रहे ने। ते अज साडे नाल शाहजिंदर जी मौजूद ने, उन्हां दे नाल गल कर रहे ने की दावेदारी ठोक रही है, की सरकार दा साथ लैके पिंडां दा विकास करनगे, की उन्हां नूं समस्यावां सुणन नूं मिल रहीआं ने अते किन्ने क दावियां ते उह खरे उतरनगे। हांजी, सत श्री अकाल वीर जी। हांजी शाहजिंदर जी, सब तों पहलां तां साडे चैनल दे माध्यम राही असीं तुहानूं बेस्ट ऑफ लक ही कहिंदे आ कि जित्तो अते पिंड दा विकास करो। हाँ जी, पिंडा दे विच घूम रहे हो, आज पिंड रोहन पहुंचे हो, की समस्यावां सुनन नूं मिल रही है? समस्यावां दा जी सुनन दा मैं पले इत्थे रोहन दे विच जिन्ने यार मित्र है रोहन दे सूर झोरड़ा, मैनूं कोई पुछ के काम करने कोई लोड़ नहीं, मैं रहने हर वक्त इत्थे है। मैं पहला पिंड दे विच सरपंची दा इलैक्शन दी तैयारी करी जांदा सी, 10,000 वोटां रोड़ी दे विच, उस साडे रिजर्व होण कारण साडियां जो दो ब्लाक समिति मैंबर है ओह वी साडे दोन्ने बिलकुल रिजर्व है। ਉਦੋਂ ਬਾਅਦ ਮੈਂ ਸੂਰਤੀ ਦੇ ਕੁਛ ਕੰਮ ਧੰਦੇ ਕੀਤੇ ਸੀ, ਮੈਂ ਸੂਰਤੀ ਦੇ ਵਿੱਚ ਮੈਨੂੰ ਉਹਨਾਂ ਨੇ ਚਾਹਿਆ ਵੀ ਤੁਹਾਨੂੰ ਇਲੈਕਸ਼ਨ ਲੜਾ ਦਿੰਦੇ ਆ, ਉੱਥੇ ਖੁਦ ਮੇਰੇ ਰਿਸ਼ਤੇਦਾਰ ਮੇਰੇ ਛੋਟੇ ਭਾਈ ਭਾਈ ਦੀ ਭਰਜਾਈ ਸਾਲੇ ਹਾਰਾ ਉੱਥੇ ਇਲੈਕਸ਼ਨ ਲੜੀ ਜਾਂਦੀ ਹੈ ਜੀ। ਉੱਥੋਂ ਫਿਰ ਮੈਨੂੰ ਇਹਨਾਂ ਦੋਨੇ ਪੰਚਾਇਤਾਂ ਨੇ, ਮੁੰਡਾ ਇੱਕ ਮਹਾਸ਼ਾ ਸਰਪੰਚ ਹੈ ਕੈਂਡੀਡੇਟ, ਇੱਕ ਜਗਸੀਰ ਸਰਪੰਚ ਹੈ, ਉਹ ਕਹਿੰਦੇ ਸਾਡੀ ਇੱਥੇ ਤਿੰਨ ਪਿੰਡਾਂ ਦੀ ਬਲਾਕ ਸਮਿਤੀ ਹੈ ਜੀ, ਰੋਣ ਦੇਸੂ ਝੋੜਾ, ਪਿਛਲੇ ਗੜੇ ਇਹਨਾਂ ਨੇ ਵੋਟਾਂ ਦੱਬ ਸੱਬ ਕੇ ਪਾ ਕੇ ਝੋੜਾਂ ਦਾ ਗੁਰਵਿੰਦਰ ਚੇਅਰਮੈਨ ਜਿਤਾਇਆ ਸੀ, ਉਹਨਾਂ ਨੇ ਚੇਅਰਮੈਨ ਵੀ ਬਣਿਆ ਉਹ, ਪਰ ਇਹਨਾਂ ਦੇ ਜਿਹੜੀਆਂ ਮਨ ਦੀਆਂ ਇੱਛਾ ਸੀ, ਜਿਹੜੇ ਹਿਸਾਬ ਨਾਲ ਇਹਨਾਂ ਨੇ ਵੋਟਾਂ ਪਾਈਆਂ ਸੀ, ਇਹਨਾਂ ਦੀ ਕਿੱਟ ਨਹੀਂ ਲੱਗੀ। ਇਹਨਾਂ ਨੇ ਮੇਰੇ ਰੋੜੀ ਦੇ ਕੰਮ ਧੰਦੇ ਜਿੱਥੇ ਖਾਲੇ ਨਾਲੇ ਪੱਕੇ ਹੁੰਦੇ ਆ ਗਲੀਆਂ ਦੇਖ ਕੇ, ਕਹਿੰਦੇ ਯਾਰ ਤੂੰ ਬਿਲਕੁਲ ਵਿਹਲਾ ਬੈਠਾ, ਤੈਨੂੰ ਅਸੀਂ ਇਲੈਕਸ਼ਨ ਲੜਾ ਦਈਏ, ਦੋਨੇ ਸਰਪੰਚ, ਸਾਡਾ ਸਰਪੰਚੀ ਮੈਟਰ ਅਲੱਗ ਹੈ ਪਰ ਅਸੀਂ ਬਲਾਕ ਸਮਿਤੀ ਇਲੈਕਸ਼ਨ ਅਸੀਂ ਤੈਨੂੰ ਦੋਨੇ ਪੰਚਾਇਤਾਂ ਲੜਕੇ ਇਕੱਠੀਆਂ ਰਲ ਕੇ ਲੜਾਵਾਂਗੇ। ਇਹ ਮੇਰੇ ਕੋਲ ਗਈ, ਮੈਂ ਇਹ ਦੇਖੋ ਤੁਸੀਂ ਦੋਨੇ ਦੇਸੂ ਵੀ ਤੁਹਾਡੇ ਨਾਲ ਆ, ਤੁਸੀਂ ਤਾਂ ਇਕੱਲੇ ਇਕੱਠੇ ਹੋ ਜਾਓਗੇ, ਤੁਸੀਂ ਦੇਸੂ ਨੂੰ ਵੀ ਨਾਲ ਇਕੱਠਾ ਕਰੋ। ਦੇਸੂ ਦੇ ਆਪਣੇ ਜੋਗਾ ਸਿੰਘ ਸਰਪੰਚ ਤੇ ਗੇਲਾ ਸਿੰਘ ਸਰਪੰਚ, ਉਹਨਾਂ ਦੋਨਾਂ ਨੂੰ ਸੱਦਿਆ ਮੈਂ, ਮੈਂ ਜੀ ਐਂ ਕਰਕੇ ਤੁਹਾਡੀ ਕੀ ਇੱਛਾ, ਉਹ ਕਹਿੰਦਾ ਵੀ ਅਸੀਂ ਫੁੱਲ ਸਾਥ ਦੇਵਾਂਗੇ, ਸਾਡੀ ਵਾਰੀ ਆ, ਤੂੰ ਤਿਆਰੀ ਕਰ। ਉਦੋਂ ਬਾਅਦ ਕੀ ਹੋਇਆ, ਝੋੜਾਂ ਦੇ ਬੰਦਿਆਂ ਨੇ ਕੁਛ ਨੇ ਗੁਰੂ ਘਰ ਦੇ ਵਿੱਚ ਅਲੋਸਮੈਂਟ ਕਰਾਈ ਵੀ ਜਿਹੜਾ ਸਾਡਾ ਉਮੀਦਵਾਰ ਹੈ ਬਲਵੀਰ ਸਿੰਘ ਵੀ ਉਹ ਸਰਬਸੰਮਤੀ ਨਾਲ ਬਣਾਤਾ। ਮੈਂ ਦੋਨੇ ਪੰਚਾਇਤਾਂ ਨੂੰ ਲੈ ਕੇ ਝੋੜਾਂ ਗੁਰੂ ਘਰ ਦੇ ਵਿੱਚ ਗਿਆ, ਮੈਂ ਜੀ ਵੀ ਸਾਡੇ ਤਿੰਨ ਪਿੰਡਾਂ ਦੀ ਸਰਬਸੰਮਤੀ ਹੁੰਦੀ ਹੈ, ਮੈਂ ਇੱਥੇ ਆ ਕੇ ਤੁਹਾਡੇ ਤਿੰਨੇ ਪਿੰਡਾਂ ਦਾ ਭਾਈਚਾਰਾ ਨਹੀਂ ਖਰਾਬ ਕਰਦਾ, ਮੈਂ ਆਪਦੇ ਫਾਰਮ ਚੱਕ ਵੀ ਲਊਂਗਾ ਜੀ ਤੁਹਾਡੇ। ਉਹ ਇਹਨਾਂ ਨੇ ਦੇਸੂ ਨੇ ਦਰੋਂ ਨੇ ਆਖਿਆ ਵੀ ਸਾਡੇ ਨਾਲ ਕੋਈ ਇਹਨਾਂ ਨੇ ਗੱਲਬਾਤ ਨਹੀਂ ਕੀਤੀ, ਸਾਡੀ ਐਤਕੀ ਵਾਰੀ ਬਣਦੀ ਸੀ, ਚਾਹੇ ਅਸੀਂ ਰੋੜੀਆਂ ਉਮੀਦਵਾਰ ਲਿਆ ਕੇ ਉਤਾਰਿਆ ਹੈ ਤਾਂ ਸਾਡੇ ਨੇੜੇ ਪਿੰਡਾਂ ਦਾ ਮੁੰਡਾ ਸਾਡੇ ਸਿਰ ਵਿੱਚ ਰਹਿੰਦਾ, ਸਾਨੂੰ ਆਸ ਆ ਉਹਦੇ ਉੱਤੋਂ ਵੀ ਇਹ ਸਾਡੇ ਕੰਮ ਕਰੂਗਾ, ਕੋਈ ਜ਼ਰੂਰੀ ਥੋੜ੍ਹੀ ਹੈ ਵੀ ਉਹ ਬਾਹਰ ਦਾ ਆ ਗਿਆ ਕਿ ਮੈਂ ਪਾਕਿਸਤਾਨ ਦੇ ਵਿੱਚੋਂ ਇੱਥੇ ਆ ਕੇ ਆ ਗਿਆ ਵੀ ਇਲੈਕਸ਼ਨ ਲੜੀ ਜਾਂਦਾ। ਇਹਨਾਂ ਨੇ ਉੱਥੋਂ ਚੈਲੇਂਜ ਕਰਕੇ ਵੀ ਅਸੀਂ ਆਪਦਾ ਕੈਂਡੀਡੇਟ ਉਤਾਰਤਾ ਸੀ, ਕੰਮਾਂ ਨੂੰ ਦੇਖਦੇ ਹੋਏ ਵੀ ਸਾਨੂੰ ਆਸ ਹੈ 2.5 ਸਾਲ ਸਰਕਾਰ ਦੇ ਪਿਆ, ਸਰਕਾਰ ਦੇ ਵਿੱਚ ਇਹਦਾ ਹੱਥ ਹੈ ਵੀ ਗਲੀਆਂ ਜਿਵੇਂ ਕੱਚੀਆਂ ਪਈਆਂ ਜੀ, ਸਟੇਡੀਅਮ ਪਿਆ ਰੋਣ ਦਾ ਬਿਲਕੁਲ ਖੰਡਰ ਹੋਇਆ ਪਿਆ, ਇੱਥੋਂ ਰੋਣ ਤੋਂ ਦੇਸੂ ਨੂੰ ਆਪਣੇ ਸ਼ਹੀਦਾਂ ਨੂੰ ਸੜਕ ਜਾਂਦੀ ਹੈ, ਉਹ ਬਿਲਕੁਲ ਰਸਤਾ ਖਰਾਬ ਹੋਇਆ ਪਿਆ, ਕੋਈ ਨਾ ਕੋਈ ਰੋਣ ਦੇ ਵਿੱਚ ਕੋਈ ਇੱਟ ਲੱਗੀ ਹੈ। ਰਹੀ ਗੱਲ ਝੋੜਾਂ ਦੇ ਵਿੱਚ, ਝੋੜਾਂ ਦੇ ਵਿੱਚ ਕੱਲ੍ਹ ਮੈਂ ਡੋਰ ਟੂ ਡੋਰ ਗਲੀਆਂ ਦੇ ਵਿੱਚ ਗਿਆ, 90% ਗਲੀਆਂ ਜੀ ਉੱਥੇ ਕੱਚੀਆਂ ਪਈਆਂ, ਉਹਨਾਂ ਨੇ ਲੋਕ ਦੇਖਦੇ ਆ ਵੀ ਸਰਕਾਰ ਦੇ ਵਿੱਚ ਵਧੀਆ ਸਿਸਟਮ ਆ, ਉੱਥੋਂ ਤਾਂ ਸਾਨੂੰ ਤਾਂ ਪਹੁੰਚ ਹੈ ਵੀ ਸਾਡਾ ਕੁਛ ਨਾ ਕੁਛ ਕਰੂ, ਆਸ ਲੈ ਕੇ ਮੇਰੇ ਨਾਲ ਚੱਲੇ ਹੋਏ ਜਿਹਨੇ ਬੈਠੇ, ਸਾਰੇ ਵੱਖ ਵੱਖ ਪਾਰਟੀਆਂ ਦੇ ਬੈਠੇ, ਕੋਈ ਕਾਂਗਰਸ ਦਾ ਬੈਠਾ, ਕੋਈ ਨੈਲੋ ਦਾ ਬੈਠਾ, ਉਹ ਕਹਿੰਦੇ ਸਰਬ ਸਾਂਝਾ ਜਿਹੜਾ ਪੰਚਾਇਤੀ ਜਿਹੜਾ ਬਲਾਕ ਸਮਿਤੀ ਇਲੈਕਸ਼ਨ ਹੈ ਇਹ ਭਾਈਚਾਰੇ ਦਾ ਇਲੈਕਸ਼ਨ, ਅਸੀਂ ਰਲ ਕੇ ਤੈਨੂੰ ਲੜਾਵਾਂਗੇ। ਤੈਨੂੰ ਠੀਕ ਹੈ, ਬਹੁਤ ਹੀ ਵਧੀਆ ਤੁਸੀਂ ਸ਼ਾਹਜਿੰਦਰ ਜੀ ਪਹਿਲ ਕੀਤੀ ਹੈ ਜੋ ਪਿੰਡਾਂ ਦੇ ਵਿਸਾਰ ਲਈ ਉੱਠੇ ਹੋ। ਅਗਰ ਅੱਜ ਦੇ ਟਾਈਮ ਤੇ ਅਜੋਕੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਇੱਕ ਨਸ਼ਾ ਕੋਡ ਬਣ ਚੁੱਕਿਆ ਹੈ ਨਾ, ਪੜ੍ਹੇ ਲਿਖੇ ਨੌਜਵਾਨ ਨੇ ਉਹ ਘਰਾਂ ਦੇ ਵਿੱਚ ਵਿਹਲੇ ਬੈਠੇ ਨੇ, ਬੇਰੋਜ਼ਗਾਰੀ ਬੇਰੋਜ਼ਗਾਰੀ ਆ, ਕਿਵੇਂ ਪਹਿਲ ਕਰੋਗੇ, ਕਿਵੇਂ ਇਹਨਾਂ ਨੂੰ ਉੱਪਰ ਤੱਕ ਲੈ ਜਾਓਗੇ? ਨਸ਼ੇ ਦਾ ਸਾਰਿਆਂ ਨੂੰ ਵੱਡਾ ਹੀ ਸਪੋਰਟਸ, ਸਪੋਰਟਸ ਬਿਲਕੁਲ ਖਤਮ ਹੋ ਜਾਂਦਾ। ਦੇਖੋ ਜੀ ਇਹਨਾਂ ਕੋਲ ਸਾਡੇ ਕੋਲ ਰੋੜੀ ਦੇ ਵਿੱਚ ਪੰਚਾਇਤੀ ਜ਼ਮੀਨ ਹੈ ਨਹੀਂ ਸੀ, ਮੈਨੂੰ ਅਨੁਰਾਗ ਠਾਕਰ ਖੇਲ ਕੇਂਦਰੀ ਮੰਤਰੀ ਉਹਦੇ ਨਾਲ ਵੀ ਗੱਲਬਾਤ ਹੋਈ ਸੀ ਵੀ ਸਾਨੂੰ ਕਹਿੰਦੇ 5 ਏਕੜ ਜ਼ਮੀਨ ਦੇ ਸਾਡੇ ਕੋਲੇ, ਉਹਦਾ ਵੀ ਰੋੜੀ ਦੇ ਕੋਲੇ ਜ਼ਮੀਨ ਨਹੀਂ, ਪਰ ਇਹਨਾਂ ਲੱਕੀ ਕਿਸਮਤ ਆ ਰੋਣ ਕੋਲੇ ਬਾਗਲ ਵੱਜਿਆ ਪਿਆ, ਸਟੇਡੀਅਮ ਵਾਸਤੇ ਜ਼ਮੀਨ ਹੈਗੀ ਹੈ, ਅਸੀਂ ਵਾਲੀਬਾਲ ਦੇ ਗਰਾਊਂਡ ਦੀ ਵੀ ਪਹਿਲ ਕਰਾਂਗੇ, ਅਸੀਂ ਰੋੜੀ ਵਾਲੀਬਾਲ ਦੇ 2 ਗਰਾਊਂਡ ਬਣ ਕੇ ਤਿਆਰ ਹੋ ਚੁੱਕੇ ਆ ਵੀ ਜਿੰਨਾ ਦੇ ਘਰ ਜਵਾਕਾਂ ਨੂੰ ਸਪੋਰਟਸ ਦਾ ਖੇਡਣ ਵਾਸਤੇ ਗਰਾਊਂਡ ਵਧੀਆ ਮਿਲਣਗੇ ਉਹ ਆਟੋਮੈਟਿਕ ਜਾਣਗੇ। ਇਸ ਕਰਕੇ ਵੀ ਸਭ ਤੋਂ ਪਹਿਲਾਂ ਜਿੰਨਾ ਤੱਕ ਸਪੋਰਟਸ ਵਾਲੇ ਨਾਲ ਧਿਆਨ ਨਹੀਂ ਦਿੰਦੇ
ਉਹਨਾਂ ਦੇ ਨਸ਼ੇ ਦਾ ਖਾਤਮਾ ਨਹੀਂ ਹੋ ਸਕਦਾ। ਮੇਨ ਇਹੀ ਹੈ ਵੀ ਬਾਕੀ ਸਿਰੇ ਰਲ ਕੇ ਜਿੰਨਾ ਵੀ ਸਾਡਾ ਪੰਜਾਬ ਦਾ ਬਾਰਡਰ ਲੱਗਦਾ ਹਰਿਆਣੇ ਦਾ ਕਾਫੀ ਨਸ਼ਾ ਬਹੁਤ ਘੱਟ ਆ, ਪੰਜਾਬ ਦੀ ਬਿਲਟ ਦਾ ਕਰਕੇ ਨਸ਼ੇ ਦੇ ਇੱਥੇ ਮਾਰ ਜ਼ਿਆਦਾ ਪੈ ਰਹੀ ਹੈ। ਪਰ ਉਤਲੇ ਲੈਵਲ ਤਾਂ ਅਸੀਂ ਵੀ ਸੀਐਮ ਸਾਹਿਬ ਤਾਂ ਹੀ ਮੈਡਮ ਐਮ ਪੀ ਸੰਸਦ ਸੁਨੀਤਾ ਦੁੱਗਲ ਜੀ ਤੱਕ ਵੀ ਸਮੇਂ ਸਮੇਂ 'ਤੇ ਪਹੁੰਚਾਉਂਦੇ ਰਹਿੰਦੇ ਵੀ ਇੱਥੋਂ ਕੀ ਹਰਕਤਾਂ ਹੁੰਦੀਆਂ ਜਾਂ ਕੀ ਹੁੰਦਾ, ਪ੍ਰਸ਼ਾਸਨ ਵੀ ਇਸ ਹਿਸਾਬ 'ਤੇ ਪੂਰਾ ਕੜੀ ਨਾਲ ਦੇਖ ਰਿਹਾ। ਸਾਂਝੇ ਉਮੀਦਵਾਰ ਚੁਣੇ ਗਏ ਹੋ, ਸਾਂਝ ਦੇ ਨਾਲ ਇਲੈਕਸ਼ਨ ਲੜ ਰਹੇ ਹੋ, ਕਹਿੰਦੇ ਨੇ ਨਾ ਸਰਕਾਰ ਦਾ ਸਾਥ ਅਤੇ ਪਿੰਡਾਂ ਦਾ ਵਿਕਾਸ, ਲੱਗਦਾ ਹੈ ਕਿ ਤੁਹਾਨੂੰ ਸਰਕਾਰ ਵੱਲੋਂ ਵੀ ਪੂਰੀ ਸਪੋਰਟ ਮਿਲੂਗੀ ਅਤੇ ਖਰੇ ਉਤਰੋਗੇ? ਇਹਨਾਂ ਨੂੰ ਜੇ ਕੋਈ ਆਸ ਹੈ ਜੀ ਬਲਾਕ ਸਮਝਦੇ, ਅਸੀਂ ਜੇ ਇਹਨਾਂ ਨੂੰ ਜਿਤਾ ਕੇ ਭੇਜਦੇ ਹਾਂ ਅੱਗੇ ਇਹਨਾਂ ਦੀ ਕੁਰਸੀ ਵੀ ਤਿਆਰ ਹੈ, ਉਹਨੂੰ ਕੋਈ ਦਹਿਰਾ ਨਹੀਂ। ਇਹਨੇ ਵੀ ਕੋਈ ਸੋਚ ਸਮਝ ਕੇ ਗਏ ਤਾਂ ਨਹੀਂ ਪਹਿਲਾਂ ਮੈਂਬਰ ਬਣਾ ਕੇ ਮੈਨੂੰ ਕੋਈ ਉਹ ਕਰ ਦੇਣਗੇ? ਇਹਨਾਂ ਨੂੰ ਸਭ ਲੋਕ ਪੜ੍ਹੇ ਲਿਖੇ ਜਾਣਦੇ ਆ ਵੀ ਬਲਾਕ ਸਮਝ ਅਸੀਂ ਜਿਤਾ ਕੇ ਭੇਜਾਂਗੇ ਤਾਂ ਕੁਛ ਨਾ ਕੁਛ ਲੈ ਕੇ ਡਿੱਗੂਗਾ, ਵੀ ਜੇ ਨਾ ਵੀ ਹੋਊਗਾ ਤਾਂ ਤਾਂ ਵੀ ਇਹਨਾਂ ਨੂੰ ਪੂਰਾ ਭਰੋਸਾ ਹੈ ਵੀ ਅਸੀਂ ਧੱਕੇ ਨਾਲ ਵੀ ਬਾਂਹ ਫੜ ਕੇ ਕੰਮ ਕਰਾਂਗੇ, ਆਹ ਸਾਡਾ ਕੰਮ ਕਰ। ਕੋਈ ਜ਼ਰੂਰੀ ਨਹੀਂ ਇਹਨਾਂ ਨੂੰ ਕਿ ਬਲਾਕ ਸਮਿਤੀ ਮੈਂਬਰ ਤਾਂ ਕਿੰਨੀ ਕੁ ਪਹੁੰਚ ਹੁੰਦੀ ਹੈ ਵੀ ਇਹ ਕਰ ਸਕਦਾ। ਇਹਨਾਂ ਨੂੰ ਬਲਾਕ ਸਮਿਤ ਤੋਂ 100 ਗੁਣਾ ਜ਼ਿਆਦਾ ਉੱਤੇ ਜ਼ਿਆਦਾ ਆਸਾਂ ਹੈ ਵੀ ਅਸੀਂ ਆਹ ਕੰਮ ਅਸੀਂ ਕਰਵਾ ਸਕਦੇ ਹਾਂ ਇਹਨਾਂ ਤੋਂ ਬਾਂਹ ਫੜ ਕੇ। ਹਾਂਜੀ, ਇੱਕ ਚੇਅਰਮੈਨ ਇੱਕ ਵਿਧਾਇਕ ਸਰਪੰਚ ਦਾ ਇੱਕ ਸੁਪਨਾ ਹੁੰਦਾ ਹੈ ਨਾ, ਤੁਹਾਡਾ ਕੀ ਸੁਪਨਾ ਹੈ? ਮੇਰਾ ਸੁਪਨਾ ਜੀ ਬਸ ਲੋਕਾਂ ਦਾ ਵਿਕਾਸ ਕਰਨਾ, ਕਿਸੇ ਦਾ ਵੀ ਕੋਈ ਧੱਕਾ ਨਾ ਹੋਵੇ, ਚਾਹੇ ਕਿਸੇ ਪਾਰਟੀ ਦਾ, ਚਾਹੇ ਕਾਂਗਰਸ ਦਾ, ਨਗਲੋ ਦਾ, ਮੈਨੂੰ ਕਿਸੇ ਦਾ ਕੋਈ ਲੱਲਾ ਕੱਖਾ ਨਹੀਂ ਵੀ ਜਿਸੇ ਕਿਸੇ ਨਾਲ ਧੱਕਾ ਹੋਊਗਾ, ਜਾਤੀ ਹੋਊਗੀ, ਮੈਂ ਹਮੇਸ਼ਾ ਉਹਦੇ ਨਾਲ ਡਟ ਕੇ ਖੜੂੰਗਾ ਚਾਹੇ ਮੇਰਾ ਸਗਾ ਭਰਾ ਕਿਉਂ ਨਾ ਹੋਵੇ। ਠੀਕ ਹੈ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਆਪਣਾ? ਮੇਰਾ ਨਾਮ ਹਰਪ੍ਰੀਤ ਸਿੰਘ ਦਈਆ ਜੀ। ਹਰਪ੍ਰੀਤ ਜੀ, ਪਹਿਲਾਂ ਵਾਲੇ ਚੇਅਰਮੈਨ ਨੇ ਕੀ ਕੀਤਾ ਅਤੇ ਹੁਣ ਕੀ ਵਿਸ਼ਵਾਸ ਕਰਦੇ ਹੋ ਸ਼ਾਹਜਿੰਦਰ ਤੋਂ? ਪਹਿਲਾਂ ਮੈਡਮ ਇਕੱਲੀ ਰਾਜਨੀਤੀ ਚੱਲੀ ਹੈ ਜੀ, ਹੋਰ ਤਾਂ ਕੁਛ ਨਹੀਂ ਹੋਇਆ ਜੀ। ਤੇ ਸ਼ਾਹਜਿੰਦਰ ਮੰਨ ਕੇ ਚਲੋ ਸਾਡੇ ਹਾਨ ਦਾ ਮੁੰਡਾ ਹੈਗਾ, ਸਾਡੇ ਨਾਲ ਹੀ ਪੜਿਆ ਹੈਗਾ ਤੇ ਅਸੀਂ ਇਹਨਾਂ ਕੀ ਮੰਨ ਕੇ ਚੱਲ ਕੱਲ ਨੂੰ ਜੇ ਗੱਲ ਨਾ ਸੁਣੂ ਤਾਂ ਅਸੀਂ ਆਪ ਧੱਕੇ ਨਾਲ ਕੰਮ ਕਰਵਾ ਸਕਦੇ ਇਹਨਾਂ ਤੋਂ, ਤੇ ਦੂਜੀ ਗੱਲ ਇਹਨਾਂ ਹੱਕ ਰੱਖਦੇ ਹਾਂ ਜੀ ਅਸੀਂ। ਤੇ ਦੂਜੀ ਗੱਲ, ਇਹ ਪਹੁੰਚ ਚੰਗੀ ਹੈ ਮੁੰਡੇ ਦੀ, ਤੇ ਕਾਫੀ ਟਾਈਮ ਦਾ ਸੰਘਰਸ਼ ਕਰੀ ਜਾਂਦਾ ਰਾਜਨੀਤੀ ਦੇ ਵਿੱਚ, ਸਾਨੂੰ ਬਹੁਤ ਵਧੀਆ ਲੱਗਿਆ ਕਿ ਅਸੀਂ ਤਾਂ ਆਪਦੇ ਪਿੰਡ ਵੱਲ ਨੂੰ ਸਹਿਮਤੀ ਨਾਲ ਹੀ ਉਠਾਇਆ ਇਸ ਨੂੰ, ਵੀ ਇਹੋ ਜਿਹੀ ਗੱਲ ਨਹੀਂ ਕਿ ਰੋੜੀ ਤੋਂ ਲਿਆ ਕੇ ਰੋਣ ਦੇ ਵਿੱਚ ਇਲੈਕਸ਼ਨ ਲੜ ਰਹੇ, ਇਹ ਨਹੀਂ ਕਿ ਅਸੀਂ ਉਠਾਇਆ ਇਹਨੂੰ, ਅਸੀਂ ਸਾਰੇ ਪਿੰਡਾਂ ਨੇ ਇਕੱਠੇ ਹੋ ਕੇ, ਦੇਸੂ ਨੇ, ਰੋਣ ਨੇ, ਝੋੜਾਂ ਦੇ ਵਿੱਚ ਵੀ ਬਹੁਤ ਬੰਦੇ ਨੇ ਜੋ ਕਿ ਇਹਨਾਂ ਨੂੰ ਬਹੁਤ ਚਾਹੁੰਦੇ ਨੇਗੇ। ਹਾਂਜੀ, ਸਾਨੂੰ ਬਹੁਤ ਵਧੀਆ ਲੱਗਿਆ ਜੀ, ਸਾਡੇ ਅਸੀਂ ਨਾਲ ਵੀ ਖੜੇ ਹਾਂਗੇ, ਖੜਾਂਗੇ ਵੀ ਤੇ ਪੂਰਾ ਇਲੈਕਸ਼ਨ ਵੀ ਭੁਗਤਾਵਾਂਗੇ ਜੀ ਇਹਨਾਂ ਨੂੰ। ਮਤਲਬ ਵੋਟਾਂ ਦੀ ਫੁੱਲ ਸਪੋਰਟ ਆ ਮੈਡਮ? ਸਾਡੇ ਤੇ ਇੱਕ ਪਾਸੇ ਹੀ ਹੋ ਰਿਹਾ ਬੰਨੀ ਜੀ। ਅੱਛਾ, ਮਾਹੌਲ ਹੀ ਇੱਕ ਤਰਫਾ? ਇੱਕ ਤਰਫਾ ਜੀ। ਹਾਂਜੀ ਠੀਕ। ਹਾਂਜੀ, ਤੇ ਇਲੈਕਸ਼ਨ ਤਾਂ ਹੁਣ ਮੰਨ ਕੇ ਵੋਟ ਤਾਂ ਹਰ ਬੰਦੇ ਨੇ ਮੰਗਣ ਆਉਣਾ ਜੀ, ਲੇਕਿਨ ਸਾਡੇ ਦੋ ਪਿੰਡ ਤਾਂ ਬਿਲਕੁਲ ਇੱਕ ਤਰਫਾ ਜੀ ਇਹਦੇ ਬੰਨੀ। ਹਾਂਜੀ ਹਾਂਜੀ, ਮਤਲਬ ਕਹਿ ਸਕਦੇ ਆ ਵੀ 90% ਜਿੱਤ ਪੱਕੀ ਆ? 90% ਜਿੱਤ ਪੱਕੀ ਹੈ, ਜਿੱਤ ਕੇ ਜਿਤਿਆ ਕੇ ਭੇਜਾਂਗੇ ਇਹਨਾਂ ਨੂੰ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਆਪਣਾ? ਜਸਵੀਰ ਸਿੰਘ ਹੈ ਜੀ। ਜਸਵੀਰ ਸਿੰਘ ਜੀ, ਅੱਜ ਸ਼ਾਹਜਿੰਦਰ ਜੀ ਤੁਹਾਡੇ ਪਿੰਡ ਪਹੁੰਚੇ ਨੇ ਇੱਕ ਅਪੀਲ ਲੈ ਕੇ। ਪਹਿਲਾਂ ਵਾਲੇ ਕਿੰਨੇ ਕੁ ਕੰਮ ਪੈਂਡਿੰਗ ਹੈ, ਚੇਅਰਮੈਨ ਦਾ ਕੀ ਕਾਰਜਕਾਲ ਸੀ? ਨਹੀਂ, ਪਹਿਲਾਂ ਤਾਂ ਇਹ ਠੀਕ ਠਾਕ ਹੀ ਕੰਮ ਹੋਏ, ਜਿਹੜੇ ਵੀ ਹੁਣ ਅਸੀਂ ਇਹ ਤੋਂ ਚਾਹੁੰਦੇ ਹਾਂ ਬਾਈ ਜੀ ਤੋਂ ਸਮਝਦੇ ਹਾਂ, ਸਾਹਮਣੇ ਅਸੀਂ ਇੱਕਾ ਪਿੰਡ ਨੇ, ਉਹ ਕਰਕੇ ਇੱਕਾ ਸਾਰੇ ਪਿੰਡਾਂ ਨੇ ਇਹ ਰੋੜੀ ਤੋਂ ਚੁਣ ਕੇ ਅਸੀਂ ਇੱਥੇ ਲਿਆਂਦਾ। ਮਤਲਬ ਇੱਕ ਤਾਂ ਵੀ ਸਾਡੀ ਆ ਗਲੀ ਹੈ ਜੀ, ਇੱਥੋਂ ਜਦੋਂ ਅਸੀਂ ਲੰਘਦੇ ਹਾਂ ਮੀਂਹ ਪੈ ਜਾਂਦਾ, ਸਾਨੂੰ ਇੱਧਰ ਲੰਘਾ ਨਹੀਂ ਰਹਿੰਦੇ, ਬੰਦ ਹੋ ਜਾਂਦੀ ਨੰਬਰ ਜਗਜੀਤ ਦੀ ਕੋਠੀ ਤੋਂ ਲੈ ਕੇ ਇੱਥੋਂ ਤੱਕ, ਇਹਦੀ ਦਿੱਕਤ ਹੈ। ਇੱਕ ਦੇਸੂ ਵਾਲਾ ਰਾਹ ਜੀ, ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੂੰ, ਉਹੀ ਹੈ ਉਹ ਹੈ, ਬਾਕੀ ਆਪਾਂ ਹੋਰ ਸ਼ਾਹਜਿੰਦਰ ਤੇ ਪੂਰੀ ਉਮੀਦ ਹੈ, ਪੂਰੀ ਉਮੀਦ ਹੈ ਜੀ, ਸਾਡਾ ਕੰਮ ਇਹ ਕਰੂਗਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਆਪਣਾ? ਜੁਗਿੰਦਰ ਸਿੰਘ ਹੈ ਜੀ। ਹਾਂਜੀ, ਕਿੰਨੀ ਸਪੋਰਟ ਕਰ ਰਹੇ ਹੋ ਸ਼ਾਹਜਿੰਦਰ ਨੂੰ? ਅਸੀਂ ਤਾਂ ਜੀ 90% ਤੋਂ ਵੀ 100% ਕਰ ਰਹੇ ਹਾਂ, ਕਿਉਂ ਇਮਾਨਦਾਰ ਹੈ, ਬਾਕੀ ਸਰਕਾਰ ਦਾ ਚਿਹਰਾ ਨੁਮਾਇੰਦਾ ਹੈ, ਹਰ ਵੇਲੇ ਹਰੇਕ ਹਮੇਸ਼ਾ ਬੰਦੇ ਦੇ ਨਾਲ ਚੱਲਦਾ, ਜਿੱਥੋਂ ਤੱਕ ਇਹਦੀ ਅਪਰੋਚ ਹੈ ਸਾਡੀ ਕਰੂਗਾ, ਅਸੀਂ ਇਹਦੀ ਵੀ ਕਰਾਂਗੇ, ਦਿਲ ਲਾ ਕੇ ਪੂਰਾ ਧੰਨਵਾਦ ਲਾ ਕੇ ਇਹਨੂੰ ਜਿਤਾਵਾਂਗੇ ਔਰ ਜਿਤਾਵਾਂਗੇ ਪੂਰੇ ਜ਼ੋਰ ਨਾਲ। ਠੀਕ ਹੈ। ਹਾਂਜੀ ਵੀਰ ਜੀ, ਕੀ ਨਾਮ ਹੈ ਆਪਣਾ? ਮੇਰਾ ਨਾਮ ਜਗਜੀਤ ਸਿੰਘ, ਨੰਬਰਦਾਰ ਹੈ ਜੀ। ਪਿਛਲੇ ਸਾਲ ਦੀ ਸੁਣ ਲਓ ਤੁਸੀਂ, ਜਿਹੜਾ ਅਸੀਂ ਰਾਜੂ ਨੂੰ ਵੋਟਾਂ ਪਾਈਆਂ ਸੀਗੀਆਂ ਤੇ ਆਪਣਾ ਭਾਈ ਸਰਪੰਚੀ ਦੇ ਵਿੱਚ ਖੜਾ ਹੋਇਆ ਸੀ, ਉਹਦੇ ਪਿੱਛੇ ਅਸੀਂ ਸਰਪੰਚੀ ਦਾ ਇਲੈਕਸ਼ਨ ਦੀ ਵੀ ਨਹੀਂ ਮਤਲਬ ਚੱਸ ਕੀਤੀ ਤੇ ਰਾਜੂ ਦੇ ਵਿੱਚ ਇੰਨੀ ਸਪੋਰਟ ਕੀਤੀ, 4 ਸਾਲ ਸਾਡਾ ਉਹਨੇ ਫੋਨ ਹੀ ਨਹੀਂ ਚੁੱਕਿਆ, 5 ਸਾਲ ਚੇਅਰਮੈਨ ਵੀ ਬਣਾਤਾ ਉਹਨੂੰ ਝੋਟ ਰਾਜੂ ਨੂੰ, ਤੇ ਇਹਦੇ ਨਾਲ ਕੋਈ ਮਤਲਬ ਖੜੂਗਾ ਤਾਂ ਅਸੀਂ ਹਿੱਕ ਤਾਣ ਕੇ ਖੜਾਂਗੇ 24 ਘੰਟੇ, ਸਾਡੇ ਨਾਲ ਸਪੋਰਟ ਹੈ ਇਹਦੀ, ਜੇ ਸਾਨੂੰ ਕੁਛ ਇਹਨੂੰ ਦੇਖਣ ਨੂੰ ਇਹਦੇ ਚੋਂ ਮਿਲਿਆ ਸਾਨੂੰ ਕੋਈ ਦੇਖਣ ਨੂੰ, ਮਤਲਬ ਤਾਂ ਹੀ ਅਸੀਂ ਇਹਦੀ ਸਪੋਰਟ ਕਰ ਰਹੇ ਹਾਂ ਵੀ ਤਨੋ ਮਨੋ ਲਾ ਕੇ ਦੇਸੂ ਸਾਡੇ ਨਾਲ ਹੈ, ਬਾਕੀ ਸਾਡਾ ਕੋਈ ਇਹਦੇ ਨਾਲ ਕੋਈ ਪਾਰਟੀ ਦਾ ਮੈਟਰ ਨਹੀਂ ਹੈਗਾ ਦੋਨਾਂ ਪਿੰਡਾਂ ਦਾ, ਵੀ ਦੋਨਾਂ ਤਿੰਨਾਂ ਪਾਰਟੀਆਂ ਨੇ, ਮੈਂ ਜੇ ਜੇ ਪੀ ਦਾ ਮਤਲਬ ਵੀ ਤਾਂ ਵੀ ਤਨੋ ਮਨੋ ਲਾ ਕੇ ਜ਼ੋਰ ਲਾ ਰਹੇ ਹਾਂ।
बाकी कांग्रेस के बैठे है, मतलब किसी भी पार्टी के बैठे है सारे, असि मतलब ये साढ़े पिंड का मैटर है सरपंची वाला, ये ना असि भाईचारे का मतलब ये तनो मनो ला के जोर लावे जिन्ना भी लग्या तो जितावे भी। बाकी थोनू पता भी सेंटर के पार्टी इन्हों की पार्टी मजबूत है, ये खड़े हैं 24 घंटे करके मेहनत करा। ईमानदारी देखी है जी, इस करके पिंड खड़ा किया क्योंकि कहने भी असीं तैनू जिताउणा गा, पिंड 1300 वोटां घट्टो घट 1000 वोट पौनी है जी ਕੱਲੇ ਰੋਣ ਚੋਂ। ਬਾਕੀ ਦੇਸੂ ਵਾਲੇ ਵੀ ਸਪੋਰਟ ਆ, ਝੋੜੀ ਵੀ ਕੱਲ ਗਏ ਸੀ ਨਾਲ ਹੀ ਸੀ ਇਹਨਾਂ ਦੇ, ਪੂਰੀ ਸਪੋਰਟ ਆ। ਬਾਕੀ ਸਪੋਰਟ ਕਰਨ ਤੋਂ ਬਾਅਦ ਜਿਤਾਵਾਂਗੇ ਵੀ ਕਲੀਅਰ ਹੈ ਜੀ, ਤੇ ਜਿੱਤਣ ਤੋਂ ਬਾਅਦ ਸਾਡੀਆਂ ਆਸਾਂ ਤੇ ਉਹ ਵੀ ਇਹ ਖਰਾ ਉਤਰੂਗਾ, ਇਹਦੇ ਨਾਲ ਵਾਅਦਾ ਵੀ ਹੋਇਆ ਤੇ ਕਰੂਗਾ ਵੀ ਜੀ, ਤੇ ਸਾਨੂੰ ਮਾਣ ਇਹਦੇ ਤੇ। ਜੋ ਪਿੰਡਾਂ ਦੇ ਮਾਹੌਲ ਨੇ ਸ਼ਾਹਜਿੰਦਰ ਲਈ ਬਿਲਕੁਲ ਇੱਕ ਤਰਫਾ ਮਾਹੌਲ ਹੋ ਚੁੱਕਿਆ ਹੈ। ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਹਰ ਨੌਜਵਾਨ ਦੇ ਹੱਥ ਵਿੱਚ ਸ਼ਾਹਜਿੰਦਰ ਦੇ ਪੋਸਟਰ ਨੇ, ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਵਾਲਾ ਪੜਿਆ ਲਿਖਿਆ ਰਾਜਨੀਤਿਕ ਨੌਜਵਾਨ ਹੈ ਸ਼ਾਹਜਿੰਦਰ, ਜਿਹਨੇ ਆਪਣੇ ਪਿੰਡ ਦੇ ਵਿਕਾਸ ਲਈ ਵੀ ਬਹੁਤ ਕੁਛ ਕੀਤਾ ਅਤੇ ਆਪਣੇ ਬਲਾਕ ਸਮਿਤੀ ਦੇ ਵਿੱਚ ਜੋ ਇਹਨਾਂ ਦੇ ਅੰਦਰ ਪਿੰਡ ਨੇ, ਲੋਕਾਂ ਨੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਲਿਆ ਕੇ ਬਾਹਰ ਖੜਾ ਕੀਤਾ ਹੈ ਕਿਉਂਕਿ ਜੋ ਇਹਨਾਂ ਦੀਆਂ ਉਮੀਦਾਂ ਨੇ ਉਸ ਤੇ ਖਰਾ ਉਤਰਦਾ ਹੈ ਸ਼ਾਹਜਿੰਦਰ। ਪਿੰਡ ਦਾ ਭਾਈਚਾਰਾ ਬਰਕਰਾਰ ਰੱਖਿਆ ਹੈ ਅਤੇ ਇਸ ਪਿੰਡ ਨੇ ਪੂਰੀ ਉਮੀਦ ਜਤਾਈ ਹੈ ਕਿ ਅਸੀਂ ਮਾਹੌਲ ਇੱਕ ਤਰਫਾ ਹੀ ਕਰ ਦਿੱਤਾ ਹੈ। ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਅਪੀਲ ਹੈ ਕਿ ਇਲੈਕਸ਼ਨਾਂ ਦੇ ਵਿੱਚ ਆਪਣਾ ਭਾਈਚਾਰਾ ਖਰਾਬ ਨਾ ਕਰੋ, ਵੋਟਾਂ 10 ਦਿਨਾਂ ਦਾ ਖੇਡ ਹੈ, ਭਾਈਚਾਰਾ ਸਾਰੀ ਜ਼ਿੰਦਗੀ ਦਾ ਹੈ। ਅਗਲੇ ਪਿੰਡ ਦੀ ਕੀ ਅਪਡੇਟ ਹੈ, ਅਗਲੇ ਪਿੰਡ ਦਾ ਕੀ ਮਾਹੌਲ ਹੈ, ਮਿਲਦੇ ਹਾਂ ਅਗਲੇ ਪਿੰਡ 'ਚ। Hi, my name is Deepika Malik from Magnus Language School Sirsa. So I am here to help you to get your desired band score in IELTS and PT, as from the last 1 year we are helping students to get their desired band scores, to achieve their desired band score. And if you are one of them who is struggling to get their scores in IELTS or PT, you must join Magnus. Thank you. My name is Lapri Singh. I am a student of Magnus and the teacher of this institute are very supportive and cooperative. And so anyone want to achieve their band score in IELTS or PT, they must join Magnus.